डेरा बाबा नानक में करतारपुर कॉरिडोर के कामों को लेकर श्री गुरु नानक देव जी के 550 साल प्रकाश पूर्व को लेकर पंजाब कैबिनेट की मीटिंग मुख्यमंत्री पंजाब की अगुवाई में डेरा बाबा नानक के अनाज मंडी में की गई। इस मौके डेरा बाबा नानक में पहुंचे मुख्यमंत्री कैप्टन अमरिंदर सिंह अपने वजीरों के साथ पहले करतारपुर कॉरिडोर के चल रहे कामों को देखा और कामों को लेकर संतुष्टि जताते हुए अधिकारियों को काम 30 अक्टूबर तक पूरा करने की हिदायत दी। $20 की फीस जजे टैक्स और टैक्स अकबर के समय भी लगाया जाता रहा है, इसको अकबर ने बाद में बंद किया था और इसको लेकर हम बात करेंगे। वही नवजोत सिंह सिद्धू की गैर हाजिरी को लेकर उन्होंने कहा कि करतारपुर कॉरिडोर को लेकर ऐसा कोई समागम अभी नहीं हुआ है और ये मीटिंग कैबिनेट की थी, इसीलिए सिद्धू नहीं पहुंचे। ਸਾਡੀ ਜਿਹੜੀ ਅੱਜ ਵਿਜ਼ਿਟ ਇਸ ਕਰਤਾਰਪੁਰ ਸਾਹਿਬ ਰੱਖਿਆ ਉਹਦੇ ਡੇਰਾ ਬਾਬਾ ਨਾਨਕ ਰੱਖਿਆ ਕਰਤਾਰਪੁਰ ਸਾਹਿਬ ਕੋਰੀਡੋਰ ਵਾਸਤੇ ਐਂਡ ਇਹ ਜਿਹੜੀ ਅਸੀਂ ਅਹਿਮੀਅਤ ਸਮਝਦੇ ਹਾਂ ਅਸੀਂ ਆਪਣੀ ਕੈਬਨਿਟ ਵੀ ਉਹੀ ਰੱਖੀ ਹੈ ਅਸੀਂ ਘਰ ਤੋਂ ਅੱਜ ਜਿਹੜਾ ਅਸੀਂ ਪ੍ਰੋਗਰਾਮ ਦੱਸਿਆ ਨਾਲੇ ਸਾਨੂੰ ਨੈਸ਼ਨਲ ਹਾਈਵੇ ਦੇ ਔਰ ਸੈਂਟਰਲ ਗਵਰਨਮੈਂਟ ਅਤੇ ਸਾਡੇ ਪੰਜਾਬ ਗਵਰਨਮੈਂਟ ਦੇ ਅਫਸਰਾਂ ਨੇ ਸਾਨੂੰ ਲੀਡ ਕੀਤਾ ਹੈ। ਵੀ ਆਰ ਵੈਰੀ ਮੱਚ ਔਨ ਟਾਈਮ। 30th ਅਕਟੂਬਰ ਕੱਟ ਆਫ ਡੇਟ ਹੈ, ਲਾਸਟ ਡੇਟ, ਐਂਡ ਸਾਰਿਆਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਆਪਣੀ ਸਭ ਕੁਝ ਤਿਆਰ ਹੋ ਜਾਏਗਾ। ਸਿੱਧੂ ਸਾਹਿਬ ਨੂੰ ਤਾਂ ਗਏ ਨੂੰ ਬੜੀ ਦੇਰ ਹੋ ਗਈ ਹੈ ਐਂਡ ਹਾਲੇ ਤਾਂ ਉਹਨਾਂ ਦੇ ਜਦੋਂ ਗਏ ਨੇ ਉਸ ਤੋਂ ਪਹਿਲਾਂ ਕੁਛ ਵੀ ਨਹੀਂ ਸਮਾਗਮ ਹੋਏ, ਇਹ ਤਾਂ ਹੁਣ ਹੋ ਰਹੇ ਨੇ। ਦੇਖੋ ਮੈਂ ਇਹ ਗੱਲ ਕਹੀ ਹੈ ਪਹਿਲਾਂ ਵੀ ਕਿ ਦਿਸ ਇਜ਼ ਸਾਡੇ ਖੁੱਲ੍ਹੇ ਦਰਸ਼ਨ ਦੇ ਨਾਲ ਸਾਡੀ ਪਰੰਪਰਾ ਹੈ, ਸਾਡਾ ਧਰਮ ਹੈ ਕਿ ਜਦੋਂ ਮਰਜ਼ੀ ਕੋਈ ਜਾ ਕੇ ਕਿਤੇ ਵੀ ਗੁਰਦੁਆਰਾ ਸਾਹਿਬ ਆਪਾਂ ਮੱਥਾ ਟੇਕ ਸਕਦੇ। ਇਹ $25 ਪਰ ਪਰਸਨ, ਇਹ $20 ਇਹ ਸਾਡੇ ਪਰੰਪਰਾ ਦੇ ਵਿੱਚ ਨਹੀਂ ਹੈ। ਇਹ ਉਹਨਾਂ ਨੇ ਇਹ ਪਹਿਲਾਂ ਵੀ ਲੱਗਿਆ ਸੀ ਹਿੰਦੁਸਤਾਨ 'ਚ ਔਰ ਅਕਬਰ ਨੇ ਇਹਨੂੰ ਹਟਾਇਆ ਸੀ ਜਜ਼ੀਆ ਟੈਕਸ, ਇਹਨਾਂ ਦੇ ਜਜ਼ੀਆ ਲਾਉਣ ਲੱਗੇ। ਵੀ ਡੋਂਟ ਅਗਰੀ ਵਿਦ ਦਿਸ। ਅਸੀਂ ਸੈਂਟਰਲ ਗਵਰਨਮੈਂਟ ਨੂੰ ਕਹਿਤਾ ਕਿ ਜਦ ਤੁਸੀਂ ਗੱਲਬਾਤ ਕਰੋਗੇ ਸਾਡੀ ਜਿਹੜੀ ਅਸੀਂ ਵਿਊ ਸਾਡੇ ਨੇ ਪੰਜਾਬ ਦੇ ਕਿ ਅਸੀਂ ਇਹਨੂੰ ਬਿਲਕੁਲ ਸਹਿਮਤ ਨਹੀਂ ਦੇਣਾ।